ਇਹਨਾਂ ਦਾ ਨਾਮ ਅਵਤਾਰ ਸਿੰਘ ਜੀ ਨੇ ਔਰ ਇਹ ਖੁਸ਼ੀਪੁਰ ਦੇ ਰਹਿਣ ਵਾਲੇ ਨੇ ਔਰ ਇਹਨਾਂ ਦੇ ਪਾਪਾ ਦੀ ਗਵਾਹੀ ਆ। ਇਹ ਦੱਸਦੇ ਪਏ ਨੇ ਕਿ ਇਹਨਾਂ ਨੂੰ ਪੈਰਾਲਾਈਜ਼ ਦਾ ਅਟੈਕ ਹੋ ਗਿਆ ਸੀਗਾ ਔਰ ਇਹ ਦੱਸ ਰਹੇ ਨੇ ਕਿ ਜਦੋਂ ਡਾਕਟਰਾਂ ਕੋਲ ਗਏ ਤਾਂ ਡਾਕਟਰਾਂ ਨੇ ਦੇਖਿਆ ਤਾਂ ਇਹਨਾਂ ਦਾ ਗਲਾ ਵੀ ਬੰਦ ਹੋ ਚੁੱਕਾ ਸੀਗਾ ਔਰ ਫੂਡ ਪਾਈਪ ਇਹਨਾਂ ਨੂੰ ਲੱਗੀ ਹੋਈ ਸੀ ਔਰ ਇਹ ਤਸਵੀਰ ਆ ਉਸ ਟਾਈਮ ਇਹਨਾਂ ਦੀ ਤਸਵੀਰ ਖਿੱਚੀ ਗਈ ਔਰ ਕੋਈ ਵੀ ਚੈੱਕ ਕਰ ਸਕਦਾ ਔਰ ਉਸ ਤੋਂ ਬਾਅਦ ਇਹਨਾਂ ਨੂੰ ਡਾਕਟਰਾਂ ਨੇ ਬੋਲਿਆ ਕਿ 6 ਮਹੀਨੇ ਲੱਗਣਗੇ ਇਹਨਾਂ ਨੂੰ ਠੀਕ ਹੋਣ ਵਿੱਚ। ਲੇਕਿਨ ਇਹ ਜਦੋਂ ਹੀ ਪਰਮੇਸ਼ੁਰ ਦੀ ਸੰਗਤੀ ਜੋ ਵੀਰਵਾਰ ਇਸ ਜਗ੍ਹਾ 'ਤੇ ਹੁੰਦੀ ਆ ਉਸ ਪਰਮੇਸ਼ੁਰ ਦੀ ਸੰਗਤੀ ਵਿੱਚ ਲੈ ਕੇ ਆਏ ਉਹ ਡਾਕਟਰਾਂ ਦੇ ਡਾਕਟਰ ਜੀਜਸ ਕੋਲ ਲੈ ਕੇ ਆਏ ਔਰ ਰੱਬ ਦੇ ਦਾਸ ਨੇ ਪਰਮੇਸ਼ੁਰ ਦੇ ਵਚਨਾਂ ਨਾਲ ਇਹਨਾਂ ਨੂੰ ਦੱਸਿਆ ਔਰ ਇਹਨਾਂ ਦੇ ਵਿਸ਼ਵਾਸ ਦੇ ਲੈਵਲ ਨੂੰ ਔਰ ਉੱਚਾ ਕੀਤਾ ਔਰ ਪਰਮੇਸ਼ੁਰ ਦੇ ਦਾਸ ਨੇ ਇਹਨਾਂ ਦੇ ਲਈ ਪ੍ਰਾਰਥਨਾ ਕੀਤੀ ਔਰ ਇਹ ਦੱਸ ਰਹੇ ਨੇ ਕਿ ਜਿਸ ਦਿਨ ਹੀ ਪ੍ਰਾਰਥਨਾ ਆਈ ਔਰ ਦੱਸ ਰਹੇ ਨੇ ਕਿ ਕੁਛ ਵੀ ਨਹੀਂ ਖਾ ਪਾਉਂਦੇ ਸੀਗੇ, ਅੱਧਾ ਗਿਲਾਸ ਪਾਣੀ ਵੀ ਨਹੀਂ ਪੀ ਪਾ ਰਹੇ ਸੀਗੇ, ਕੁਛ ਨਹੀਂ ਖਾਧਾ ਜਾ ਰਿਹਾ ਸੀਗਾ, ਫੂਡ ਪਾਈਪ ਰਾਹੀਂ ਥੋੜ੍ਹਾ ਹਲਕਾ ਫੁਲਕਾ ਦੇ ਰਹੇ ਸੀਗੇ ਔਰ ਲੇਕਿਨ ਦੱਸ ਰਹੇ ਨੇ ਕਿ ਜਿਸ ਦਿਨ ਹੀ ਯਹੋਵਾ ਦੇ ਦਾਸ ਨੇ ਇਹਨਾਂ ਉੱਤੇ ਪ੍ਰਾਰਥਨਾ ਕੀਤੀ ਔਰ ਇਹ ਦੱਸ ਰਹੇ ਨੇ ਉਸ ਦਿਨ ਹੋਸਪਿਟਲ ਤੋਂ ਲੈ ਕੇ ਗਏ ਲੇਕਿਨ ਡਾਕਟਰਾਂ ਨੇ ਉਸੇ ਦਿਨ ਹੀ ਉਹ ਫੂਡ ਪਾਈਪ ਨੂੰ ਲਾ ਕੇ ਸੁੱਟ ਦਿੱਤਾ। ਸੁਣੋ ਸੁਣੋ ਸੁਣੋ, ਇਸ ਗਵਾਹੀ ਨੂੰ ਮੈਂ ਔਰ ਵੀ ਅੱਛੇ, ਇਹ ਪਿਕਚਰ ਹੈ ਉਸ ਦਿਨ ਕੀ, ਅੱਛੇ ਸੇ ਦਿਖਾਓ ਤਾਂ ਕਿ ਜੋ ਲੋਕ ਮੈਂ ਦੇਖਤੇ ਹੈ ਵੋ ਵੀ ਦੇਖ ਸਕੇ, ਜਾਂ ਜੇ ਕਈ ਲੋਕ ਸੋਚਦੇ ਹੈ ਕਿ ਨਹੀਂ, ਕੋਈ ਲੋਕ ਸੋਚਦੇ ਪੈਸੇ ਪੈਸੇ ਦਿੰਦੇ ਨੇ ਫਿਰ ਲੋਕ ਆਉਂਦੇ ਨੇ, ਕੀ ਦਿੰਦੇ ਨੇ ਇਹਨਾਂ ਨੂੰ ਪੁੱਛ ਕੇ ਦੇਖੋ ਅਸੀਂ ਕੀ ਦਿੱਤਾ ਜਾਂ ਇਹਨਾਂ ਨੇ ਸਾਨੂੰ ਕੀ ਦਿੱਤਾ ਜਾਂ ਅਸੀਂ ਕੀ ਦਿੱਤਾ, ਹੈ ਨਾ। ਜਿਵੇਂ ਪੱਤਰ ਯੂਹੰਨਾ ਨੇ ਇੱਕ ਲੰਗੜੇ ਨੂੰ ਕਿਹਾ ਸੋਨਾ ਚਾਂਦੀ ਤੋਂ ਨਹੀਂ ਹੈ ਸਾਡੇ ਕੋਲ, ਜੋ ਹੈ ਤੈਨੂੰ ਦਿੰਦੇ ਹਾਂ, ਯਿਸੂ ਨਾਸਰੀ ਦੇ ਨਾਲ ਕੀ ਹੋ ਜਾ, ਚੰਗਾ ਹੋ ਜਾ, ਸਮਝਦੇ। ਖਾਲੀ ਇਹਨਾਂ ਨੂੰ ਸਿਰਫ ਖੁਦਾ ਦਾ ਗਿਆਨ ਸਮਝਾਇਆ, ਸੱਚ ਸਮਝਾਇਆ ਕੀ ਹੈ, ਸਮਝਦੇ। ਮੈਂ ਬਹੁਤ ਸਾਰਾ ਜਦੋਂ ਕੋਈ ਇੱਦਾਂ ਜ਼ਿਆਦਾ ਕੋਈ ਪੀੜਾ ਚ ਹੁੰਦਾ ਮੈਂ ਉਹਨੂੰ ਜਲਦੀ ਨਾਲ ਹੀਲਿੰਗ ਨਹੀਂ ਉਹਨੂੰ ਮੈਂ ਸਿਖਾਉਂਦਾ ਹਾਂ, ਸਭ ਤੋਂ ਪਹਿਲਾਂ ਸਮਝਾਉਂਦਾ ਹਾਂ, ਮੇਰੀ ਆਦਤ ਹੈ। ਜਦੋਂ ਸਮਝ ਆਉਂਦਾ ਇਨਸਾਨ ਆਪਣੇ ਆਪ ਉਹਨੂੰ ਸਮਝ ਆ ਜਾਂਦੀ ਕਿ ਪਰਮੇਸ਼ੁਰ ਤੋਂ ਸਮਰਥੀ ਔਰ ਸਭ ਕੁਝ ਕਰਨ ਦੀ, ਪਰ ਜੋ ਗ੍ਰਹਿਣ ਵੀ ਕਰਦਾ ਔਰ ਸੁਣ ਕੇ ਵਿਸ਼ਵਾਸ ਵੀ ਕਰਦਾ, ਇਹ ਵੀ ਮਤਲਬ ਹੈ। ਔਰ ਇਹਨਾਂ ਨੇ ਦਿਲ ਤੋਂ ਮੇਰੀਆਂ ਗੱਲਾਂ ਨੂੰ ਉਹਨਾਂ ਸ਼ਬਦਾਂ ਨੂੰ ਜੋ ਪਰਮੇਸ਼ੁਰ ਦੇ ਮੈਂ ਦੱਸੇ ਇਹਨਾਂ ਨੇ ਰਿਸੀਵ ਕੀਤਾ ਆਪਣੇ ਜੀਵਨ 'ਚ ਲਿਆ। ਔਰ ਮੈਂ ਨਹੀਂ ਬੋਲਿਆ ਇਹਨਾਂ ਨੂੰ ਉਸ ਦਿਨ ਅਸੀਂ ਪਿਕਚਰ ਦੇਖ ਰਹੇ ਹਾਂ, ਫੂਡ ਪਾਈਪ ਲੱਗੀ ਹੋਈ ਸੀ, ਫੂਡ ਪਾਈਪ ਸਮਝਦੇ ਹਾਂ ਜਿਹੜਾ ਜਿਵੇਂ ਅਸੀਂ ਖਾਂਦੇ ਹਾਂ ਇਸ ਮੂੰਹ ਨਾਲ, ਮੈਂ ਪੰਜਾਬੀ 'ਚ ਹੁਣ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਣਾ, ਕਈਆਂ ਨੂੰ ਸਮਝ ਨਹੀਂ ਆਉਣਾ ਫੂਡ ਪਾਈਪ ਕੀ ਹੁੰਦੀ ਹੈ, ਮਤਲਬ ਜਿਵੇਂ ਅਸੀਂ ਮੂੰਹ ਨਾਲ ਖਾਣਾ ਖਾਂਦੇ ਹਾਂ ਤਾਂ ਬਿਮਾਰੀ ਦੇ ਕਾਰਨ ਇੱਕ ਪਾਈਪ ਲੱਗੀ ਹੋਈ ਸੀ ਉਹਦੇ ਰਾਹੀਂ ਪਾ ਕੇ ਖਿਲਾਇਆ ਜਾਂਦਾ ਸੀ ਜੋ ਪੇਟ ਵਿੱਚ ਹਲਕਾ ਹਲਕਾ ਜਾਂਦਾ ਸੀ, ਹੁਣ ਸਮਝ ਆਈ, ਸਮਝਦੇ ਹਾਂ। ਉਹ ਲੱਗੀ ਹੋਈ ਸੀ ਔਰ ਉਹ ਲੱਗੀ ਹੋਈ ਸੀ ਫਿਰ ਵੀ ਇਹਨਾਂ ਨੇ ਖੁਦ ਕਿਹਾ, ਮੈਂ ਨਹੀਂ ਇਹਨਾਂ ਨੂੰ ਕਿਹਾ, ਇਹਨਾਂ ਨੇ ਖੁਦ ਕਿਹਾ ਪਾਣੀ ਲਿਆ ਔਰ ਬੋਲਿਆ ਪ੍ਰੇਅਰ ਕਰਕੇ ਤੁਸੀਂ ਮਸਾ ਕਰਕੇ ਦਿਓ, ਮੈਂ ਇੰਨਾ ਪਾਣੀ ਦਿੱਤਾ ਔਰ ਮੈਂ ਤਾਂ ਥੋੜ੍ਹਾ ਜਿਹਾ ਪਲਾਨ ਲੱਗਾ ਇਹ ਵੀ ਵਿਸ਼ਵਾਸ ਨਾਲ ਸਾਰਾ ਪੀ ਗਏ ਪੂਰਾ ਅੱਧਾ ਗਲਾਸ ਪਾਣੀ, ਜਦਕਿ ਇੱਕ ਚਮਚ ਦੋ ਚਮਚ ਕਰਕੇ ਖਿਲਾ ਰਹੇ ਔਰ ਅੱਧਾ ਗਲਾਸ ਉਸਦੇ ਨੇ ਖੁਦ ਵਿਸ਼ਵਾਸ ਨਾਲ ਪੀ ਗਏ। ਔਰ ਉਸੇ ਦਿਨ ਹੀ ਸੁਣੋ ਸੁਣੋ ਪੂਰਾ ਪੂਰਾ ਸੁਣੋ, ਉਸੇ ਦਿਨ ਹੀ ਸ਼ਾਮ ਨੂੰ ਇਹ ਤਾਂ ਕਹਿ ਰਹੇ ਸੀ ਇੰਨਾ ਇਹਨਾਂ ਦੇ ਅੰਦਰ ਵਿਸ਼ਵਾਸ ਆ ਗਿਆ, ਕਹਿੰਦੇ ਕਿ ਆਪਾਂ ਹੋਸਪਿਟਲ ਨਹੀਂ ਜਾਣਾ, ਹੁਣ ਦਿਲ ਕਰਦਾ ਘਰ ਜਾਈਏ, ਕਿ ਜਾਈਏ ਦਿਲ ਕਰਦਾ ਹੁਣ ਘਰ ਨੂੰ ਜਾਈਏ। ਸੱਚ ਹੈ ਪਰਮੇਸ਼ਰ ਮਹਾਨ ਹੈ, ਸਮਝਦੇ। ਮੈਂ
ਪਰ ਮੈਂ ਬੋਲਿਆ ਮੈਂ ਆਤਮਾ ਜਾਣਦਾ, ਮੈਨੂੰ ਜੋ ਖੁਦਾ ਦਾ ਆਤਮਾ ਕਹਿੰਦਾ ਮੈਂ ਉਹ ਕਰਦਾ। ਮੈਂ ਉਹਨਾਂ ਨੇ ਬੋਲਿਆ ਨਹੀਂ ਤੁਸੀਂ ਅੱਜ ਹੋਸਪਿਟਲ ਜਾਓ। ਪਰ ਉਸੇ ਸ਼ਾਮ ਨੂੰ, ਕਿਉਂਕਿ ਮੈਂ ਪ੍ਰੂਫ ਚਾਹੁੰਦਾ ਹਾਂ, ਸਮਝਦੇ ਹਾਂ, ਇਹ ਤੋਂ ਪਤਾ ਲੱਗੇ ਕਿ ਡਾਕਟਰ ਖੁਦ ਬੋਲ ਰਹੇ ਨੇ। ਔਰ ਉਸੇ ਦਿਨ ਹੀ ਸ਼ਾਮ ਨੂੰ ਡਾਕਟਰ ਨੇ ਬੋਲਿਆ ਕਿ ਤੁਸੀਂ ਪੈਪ ਉਤਾਰ ਦਿੱਤੀ, ਪੈਪ ਉਸੇ ਸ਼ਾਮ ਨੂੰ ਪੈਪ ਉਤਰ ਗਈ। ਔਰ ਐਸੇ ਕੰਮ ਕੌਣ ਕਰਦਾ ਆ? ਔਰ ਸੁਣੇ ਕਿ ਔਰ ਵੀ ਨਿਯਮ, ਸਭ ਕੁਛ ਸਾਡੇ ਵਿਸ਼ਵਾਸ ਤੇ ਸਾਡੀ ਚਾਹਤ ਨਾਲ ਹੋਣਾ, ਕਾਹਦੇ ਨਾਲ? ਸਾਡੇ ਔਰ ਤੁਹਾਡੇ ਸਮਝਣ ਦੇ ਨਾਲ। ਮੈਂ ਵਿਸ਼ਵਾਸ ਕਰਦਾ ਮੈਨੂੰ ਸਮਝਾਉਣਾ ਆਉਂਦਾ ਹੈ ਹਰ ਇੱਕ ਨੂੰ, ਪਰ ਜੇ ਤੁਸੀਂ ਸਮਝ ਪਾਓ। ਮੈਂ ਇੰਨਾ ਵਿਸ਼ਵਾਸ ਕਰਦਾ ਹਾਂ ਉਸ ਖੁਦਾ ਦੇ ਉੱਤੇ, ਇਸ ਪਰਮੇਸ਼ਰ ਨੇ ਮੈਨੂੰ ਚੁਣਿਆ, ਮੈਨੂੰ ਸਮਝਾਉਣਾ ਆਉਂਦਾ ਜੇ ਤੁਸੀਂ ਸਮਝ ਸਕੋ, ਸਮਝਦੇ ਹੋ? ਔਰ ਅਜੇ ਆਜ਼ਾਦ ਨੇ, ਚੰਗੇ ਨੇ। ਔਰ ਦੱਸੋ ਕੀ ਕਿਵੇਂ? ਤਾਂ ਬਰੇਰ ਜੀ ਇਹ ਦੱਸ ਰਹੇ ਨੇ ਕਿ ਉਸ ਦਿਨ ਤੋਂ ਹੀ ਇਹਨਾਂ ਨੇ ਖਾਣ ਵਾਸਤੇ ਇਹਨਾਂ ਨੂੰ ਸ਼ੁਰੂ ਕੀਤਾ, ਔਰ ਦੱਸ ਰਹੇ ਨੇ ਕਿ ਹੁਣ ਇਹਨਾਂ ਨੂੰ ਖਿਚੜੀ ਦੇ ਰਹੇ ਨੇ, ਉਹ ਵੀ ਖਾ ਰਹੇ ਨੇ, ਔਰ ਇਹ ਦੱਸ ਰਹੇ ਨੇ ਕਿ ਅੱਜ ਸਵੇਰੇ ਹੀ ਦਲੀਆ ਔਰ ਰਸ ਵੀ ਖਾ ਕੇ ਆਏ ਨੇ। ਔਰ ਇਸ ਗਵਾਹੀ ਦੇ ਲਈ ਸਰਵ ਸ਼ਕਤੀਮਾਨ ਪਰਮੇਸ਼ਵਰ ਦਾ ਧੰਨਵਾਦ ਕਰਦੇ ਨੇ। ਜ਼ੋਰ ਸੇ, ਜ਼ੋਰ ਸੇ। ਔਰ ਦੂਸਰੀ ਗਵਾਹੀ ਪ੍ਰੇਰਿਤ ਜੀ ਇਹਨਾਂ ਦੀ ਇਹ ਵਾ ਕਿ ਅੱਜ ਸਵੇਰੇ ਹੀ ਜਦੋਂ ਆਏ, ਔਰ ਇਹ ਦੱਸ ਰਹੇ ਨੇ ਕਿ ਜਿਸ ਦਿਨ ਮੇਰੇ ਪਾਪਾ ਬਿਮਾਰ ਸੀਗੇ ਟੈਕ ਦੀ ਪ੍ਰੋਬਲਮ ਕਰਕੇ, ਦੱਸ ਰਹੇ ਨੇ ਕਿ ਮੇਰਾ ਫੋਨ ਸੀਗਾ ਉਹ ਚੱਲ ਨਹੀਂ ਪਾ ਰਿਹਾ ਸੀਗਾ, ਟਾਵਰ ਨਹੀਂ ਆ ਰਹੇ ਸੀ ਕਹਿ ਰਹੇ। ਔਰ ਇਹ ਦੱਸ ਰਹੇ ਨੇ ਕਿ ਜਦੋਂ ਹੀ ਮੈਂ ਪਰਮੇਸ਼ੁਰ ਦੀ ਪਵਿੱਤਰ ਹਜ਼ੂਰੀ ਵਿੱਚ ਆਇਆ, ਔਰ ਇਹ ਦੱਸ ਰਹੇ ਨੇ ਗੁੱਸੇ ਵੇਲੇ ਟਾਵਰ ਵੀ ਆ ਗਏ, ਔਰ ਇਹ ਸੋਚ ਰਹੇ ਸੀ ਕਿ ਮੈਂ ਆਪਣਾ ਮੋਬਾਈਲ ਚੈੱਕ ਕਰਵਾਉਣਾ ਵਾਂ, ਮੈਂ ਠੀਕ ਕਰਵਾਵਾਂਗਾ। ਲੇਕਿਨ ਦੱਸ ਰਹੇ ਨੇ ਜਦੋਂ ਮੈਂ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਆਇਆ ਉਸੇ ਵੇਲੇ ਟਾਵਰ ਆ ਗਏ, ਔਰ ਇਹਨਾਂ ਦਾ ਮੋਬਾਈਲ ਚੱਲ ਰਿਹਾ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ। ਔਰ ਪਰਮੇਸ਼ੁਰ ਦਾ ਥੈਂਕਸ ਕਰਦੇ ਨੇ, ਧੰਨਵਾਦ ਕਰਦੇ ਨੇ ਸਭਨਾਂ ਗਵਾਹੀਆਂ ਦੇ ਲਈ ਖੁਦਾਵੰਦ ਪਰਮੇਸ਼ੁਰ ਦਾ, ਔਰ ਜ਼ੋਰ ਸੇ ਤਾਰੀਫ ਕਰਾਂਗੇ ਪਰਮੇਸ਼ੁਰ ਦੀ। ਆਪਣੇ ਹੱਥ ਉਠਾ ਕੇ ਜ਼ੋਰ